ਮੇਰੇ ਪੇਪਰ ਦਾ ਵਿਸ਼ਾ ਹੈ ਸੰਤ ਬਾਬਾ ਠਾਕੁਰ ਸਿੰਘ ਜੀਵਨੀ ਅਤੇ ਯੋਗਦਾਨ। ਸਭ ਤੋਂ ਪਹਿਲਾਂ ਜਦੋਂ ਮੈਂ ਬਾਬਾ ਜੀ ਦੇ ਜੀਵਨ ਬਾਰੇ ਲਿਖਣਾ ਸ਼ੁਰੂ ਕੀਤਾ, ਗੁਰਮੁਖਾਂ ਨੂੰ ਫੋਨ ਕੀਤੇ, ਕਿਉਂਕਿ ਮੇਰਾ ਟਕਸਾਲ ਵਿੱਚ ਰਹਿਣ ਦਾ ਸਮਾਂ 2006 ਤੋਂ 2009 ਤੱਕ ਮੈਂ ਕਰੀਬ ਬਾਬਾ ਜੀ ਦੇ ਸਮੇਂ ਟਕਸਾਲ ਵਿੱਚ ਰਿਹਾ। ਇਸ ਕਰਕੇ ਮੈਨੂੰ ਬਾਬਾ ਠਾਕੁਰ ਸਿੰਘ ਬਾਰੇ ਕੋਈ ਬਹੁਤੀ ਜਾਣਕਾਰੀ ਨਹੀਂ ਸੀ। ਫਿਰ ਮੈਂ ਉਹਨਾਂ ਗੁਰਮੁਖਾਂ ਦਾ ਪਤਾ ਕੀਤਾ ਜਿਨ੍ਹਾਂ ਨੇ ਮਹਾਂਪੁਰਖਾਂ ਦੀ ਸੰਗਤ ਕੀਤੀ। ਗਿਆਨੀ ਪਰਵਿੰਦਰਪਾਲ ਸਿੰਘ ਬੁੱਟਰ ਨੇ, ਇਹਨਾਂ ਨੇ ਬਹੁਤ ਸਾਥ ਦਿੱਤਾ। ਹੋਰ ਵੀ ਬੜੇ ਗੁਰਮੁਖਾਂ ਨੂੰ ਉਹਨਾਂ ਨਾਲ ਫੋਨ 'ਤੇ ਸੰਪਰਕ ਹੋਇਆ। ਜਦੋਂ ਟਕਸਾਲ ਵਿੱਚ ਦਾਸ ਪੜ੍ਹਾਈ ਕਰਦਾ ਸੀ ਅਤੇ ਮਹਾਂਪੁਰਖਾਂ ਦੀ ਫੋਟੋ ਲਗਭਗ ਸਰੂਪ ਹਰ ਕਮਰੇ ਵਿੱਚ ਸਿੰਘਾਂ ਦੇ ਲੱਗਿਆ ਹੋਇਆ ਸੀ, ਇਹ ਸੱਚਾਈ ਹੈ। ਜਦੋਂ ਉੱਥੇ ਮੈਂ ਦੇਖਿਆ, ਕਿਉਂਕਿ ਇਸ ਤੋਂ ਪਹਿਲਾਂ ਮੈਨੂੰ ਕੁਝ ਪਤਾ ਨਹੀਂ ਸੀ ਟਕਸਾਲ ਬਾਰੇ ਵੀ, ਮੈਨੂੰ ਇਸ ਗੱਲ ਤੋਂ ਬੜਾ ਹੁੰਦਾ ਸੀ ਕਿ ਸਿੰਘ ਇੰਨਾ ਪਿਆਰ ਬਾਬਾ ਠਾਕੁਰ ਸਿੰਘ ਨੂੰ ਕਿਉਂ ਕਰਦੇ ਨੇ। ਉਦੋਂ ਛੋਟੀ ਉਮਰ ਸੀ, ਨਹੀਂ ਸਮਝਿਆ, ਨਹੀਂ ਪਤਾ ਲੱਗਾ। ਸਮਾਂ ਬੀਤਦਾ ਗਿਆ, ਪੜ੍ਹਾਈ ਵਿੱਚ ਆ ਗਏ, ਪਰ ਜਦੋਂ ਅੱਜ ਬਾਬਾ ਠਾਕੁਰ ਸਿੰਘ ਜੀ 'ਤੇ ਪੇਪਰ ਲਿਖਣਾ ਸ਼ੁਰੂ ਹੋਇਆ, ਸਿੰਘਾਂ ਨਾਲ ਫੋਨ 'ਤੇ ਰਾਬਤਾ ਹੋਇਆ, ਅਤੇ ਗੁਰਮੁਖੋ ਇਹ ਹਕੀਕਤ ਹੈ, ਕਈ ਸਿੰਘ ਐਸੇ ਸਨ ਜਿਹੜੇ ਬਾਬਾ ਜੀ ਦੀ ਜੀਵਨੀ ਲਿਖਾ ਨਹੀਂ ਸਕੇ। ਉਹ ਵੈਰਾਗ ਦੇ ਵਿੱਚ ਆ ਕੇ ਹੰਝੂ ਉਹਨਾਂ ਦੀਆਂ ਅੱਖਾਂ ਦੇ ਵਿੱਚੋਂ ਨਿਕਲ ਗਏ, ਉਹ ਰੋਣ ਲੱਗ ਪਏ, ਇੰਨਾ ਵੈਰਾਗ ਉਹਨਾਂ ਨੂੰ ਆ ਗਿਆ। ਕਈ ਐਸੇ ਗੁਰਮੁਖ ਸੀ ਜਿਨ੍ਹਾਂ ਦੇ ਨਾਲ ਸੰਪਰਕ ਹੋਇਆ। ਸੋ ਬਾਬਾ ਠਾਕੁਰ ਸਿੰਘ ਜੀ ਦੇ ਜੀਵਨ ਬਾਰੇ ਜੇ ਆਪਾਂ ਗੱਲ ਕਰਨੀ ਹੈ, ਇਕੱਲੇ ਬਾਬਾ ਠਾਕੁਰ ਸਿੰਘ ਜੀ ਨਹੀਂ, ਬੜੇ ਐਸੇ ਸਤਪੁਰਸ਼ ਮਹਾਂਪੁਰਖ ਜਿਨ੍ਹਾਂ ਦੀ ਘਾਲ ਕਮਾਈ, ਜਿਨ੍ਹਾਂ ਦੀ ਜ਼ਿੰਦਗੀ, ਜਿਨ੍ਹਾਂ ਦਾ ਜੀਵਨ ਗੁਰਬਾਣੀ ਦੇ ਅਨੁਕੂਲ ਸੀ, ਉਹਨਾਂ ਬਾਰੇ ਲਿਖਣਾ ਬਹੁਤ ਮੁਸ਼ਕਲ ਹੈ, ਬਹੁਤ ਕਠਿਨ ਹੈ। ਮੈਂ ਇੱਕ ਸ਼ੇਰ ਦੇ ਨਾਲ ਸ਼ੁਰੂਆਤ ਕਰਦਾ, ਬੜਾ ਸੋਹਣਾ ਲਿਖਿਆ ਕਿਸੇ ਨੇ, ਵਕਤੇ ਗੁਜ਼ਰਾਨ ਮਿਹਰ ਗੁਜ਼ਰ ਜਾਤਾ ਹੈ, ਇਨਸਾਨ ਆਤਾ ਹੈ ਔਰ ਆ ਕੇ ਮਰ ਜਾਤਾ ਹੈ, ਹੈ ਜਿੰਦਾ ਜਾਵੇਦ ਔਰ ਨੇਕ ਅੰਜਾਮ ਜੋ ਆ ਕੇ ਕੋਈ ਕਾਮ ਵੀ ਕਰ ਜਾਤਾ ਹੈ। ਐਸੇ ਸਨ ਬਾਬਾ ਠਾਕੁਰ ਸਿੰਘ ਜੀ, ਜਿਨ੍ਹਾਂ ਦੀ ਜੀਵਨੀ ਦੀ ਆਪਾਂ ਸ਼ੁਰੂਆਤ ਕਰੀਏ। ਬਾਬਾ ਜੀ ਦਾ ਜਨਮ 1915 ਈਸਵੀ ਨੂੰ ਪਿੰਡ ਈਚੋ ਗਿੱਲ, ਜੋ ਅੱਜ ਕੱਲ੍ਹ ਪਾਕਿਸਤਾਨ ਦੇ ਵਿੱਚ ਹੈ, ਪਿਤਾ ਸਰਦਾਰ ਬਹਾਦਰ ਸਿੰਘ, ਮਾਤਾ ਪ੍ਰੇਮ ਕੌਰ ਦੇ ਘਰ ਹੋਇਆ। ਬਾਬਾ ਜੀ ਹੁਣੀ 6 ਭੈਣ ਭਰਾ ਸਨ। ਬਾਬਾ ਜੀ ਅਕਸਰ ਹੀ ਆਪਣੇ ਪਿਤਾ ਜੀ ਦੇ ਨਾਲ ਖੇਤੀਬਾੜੀ ਦਾ ਕੰਮ ਕਰਦੇ ਸਨ। ਇੱਥੋਂ ਇੱਕ ਗੱਲ ਹੋਰ ਵੀ ਸਾਡੇ ਲਈ ਬੜੀ ਵਧੀਆ ਸਿੱਖਣ ਨੂੰ ਮਿਲਦੀ ਹੈ ਕਿ ਜੇ ਘਰ ਵਿੱਚ ਗੁਰਸਿੱਖੀ ਹੋਵੇ, ਗੁਰਸਿੱਖੀ ਮਾਹੌਲ ਹੋਵੇ, ਤਾਂ ਬੱਚੇ ਵੀ ਉਸ ਸਿੱਖੀ ਰੰਗਤ ਵਿੱਚ ਰੰਗੇ ਜਾਂਦੇ ਨੇ। ਬਾਬਾ ਠਾਕੁਰ ਸਿੰਘ ਦੇ ਪਿਤਾ ਸਰਦਾਰ ਬਹਾਦਰ ਸਿੰਘ ਜੀ ਅਕਸਰ ਖੇਤੀਬਾੜੀ ਕਰਦਿਆਂ ਜਪਜੀ ਸਾਹਿਬ ਦਾ ਪਾਠ ਕਰਦੇ ਅਤੇ ਪਾਠ ਕਰਦਿਆਂ ਕਰਦਿਆਂ ਵੈਰਾਗ ਦੇ ਵਿੱਚ ਆ ਜਾਂਦੇ ਸਨ ਅਤੇ ਬਾਬਾ ਜੀ ਅਕਸਰ ਪੁੱਛਦੇ ਸਨ ਕਿ ਪਿਤਾ ਜੀ ਇਹ ਕੀ ਹੈ, ਇਹ ਕਿਹੜੀ ਅਵਸਥਾ ਹੈ, ਤਾਂ ਬਾਬਾ ਜੀ ਦੱਸਦੇ ਸਨ, ਬਾਬਾ ਬਹਾਦਰ ਸਿੰਘ ਜੀ ਉਹਨਾਂ ਦੇ ਪਿਤਾ ਜੀ, ਕਿ ਗੁਰਬਾਣੀ ਦੀ ਬਖਸ਼ਿਸ਼ ਹੈ, ਗੁਰਬਾਣੀ ਦੀ ਤਾਕਤ ਹੈ। ਪਿਤਾ ਨੂੰ ਵੇਖਦਿਆਂ ਵੇਖਦਿਆਂ ਬਾਬਾ ਠਾਕੁਰ ਸਿੰਘ ਜੀ ਵੀ ਜਪਜੀ ਸਾਹਿਬ ਦਾ ਪਾਠ ਕਰਨ ਲੱਗੇ, ਨਿਤਨੇਮ ਕਰਨ ਲੱਗ ਪਏ, ਹੌਲੀ ਹੌਲੀ ਵੈਰਾਗ ਦੀ ਅਵਸਥਾ ਐਸੀ ਬਣ ਗਈ। ਇੱਕ ਦਿਨ ਪਿਤਾ ਸਰਦਾਰ ਬਹਾਦਰ ਸਿੰਘ ਜੀ ਜੋ ਉਸ ਵੇਲੇ ਜੋ ਸਿੰਘ ਸਭਾ ਵੇਲੇ ਮੋਰਚੇ ਲੱਗ ਰਹੇ ਸਨ, ਉਹਨਾਂ ਦੇ ਵਿੱਚ ਜੇਲ੍ਹਾਂ ਵੀ ਕੱਟਦੇ ਜਾਂ ਹੋਰ ਜੋ ਵੀ ਸੇਵਾ ਪੰਥ ਵੱਲੋਂ ਲੱਗਦੀ ਉਹ ਕਰਦੇ ਸਨ, ਉਹਨਾਂ ਦੇ ਇੱਕ ਮਿੱਤਰ ਸੀ ਸਰਦਾਰ ਕੇਹਰ ਸਿੰਘ ਜੀ। ਉਹਨਾਂ ਨੂੰ ਬੇਨਤੀ ਕੀਤੀ ਕਿ ਮੇਰਾ ਪੁੱਤਰ ਬੜਾ ਵੈਰਾਗੀ ਹੈ,
ਇਹਨੂੰ ਕਿਸੇ ਸਾਧੂ ਦੀ ਸੰਗਤ ਦੀ ਲੋੜ ਹੈ। ਤੁਹਾਡੀ ਨਿਗਾਹ ਵਿੱਚ ਜੇ ਕੋਈ ਪੂਰਨ ਸਾਧੂ ਹੈ ਤੁਸੀਂ ਦੱਸੋ। ਤਾਂ ਸਰਦਾਰ ਕੇਹਰ ਸਿੰਘ ਜੀ ਜੋ ਉਹਨਾਂ ਨੇ ਕਿਹਾ ਕਿ ਇਸ ਸਮੇਂ ਪਿੰਡ ਭਿੰਡਰਾਂ ਵਿੱਚ ਸੰਤ ਬਾਬਾ ਗੁਰਬਚਨ ਸਿੰਘ ਜੀ ਨੇ, ਆਪਾਂ ਉਹਨਾਂ ਦੇ ਕੋਲ ਇਹਨਾਂ ਨੂੰ ਛੱਡ ਆਉਂਦੇ ਹਾਂ, ਉਹ ਮੈਨੂੰ ਜਾਣਦੇ ਨੇ। ਸੋ ਅਖੀਰ 1945 ਦੇ ਵਿੱਚ ਸਰਦਾਰ ਕੇਹਰ ਸਿੰਘ ਬਾਬਾ ਠਾਕੁਰ ਸਿੰਘ ਜੀ ਨੂੰ ਨਾਲ ਲੈ ਕੇ ਭਿੰਡਰਾਂ ਪਹੁੰਚੇ। ਉੱਥੇ ਸਾਲਾਨਾ ਸਮਾਗਮ ਚੱਲ ਰਹੇ ਸਨ। 45 ਤੋਂ ਲੈ ਕੇ 47 ਤੱਕ 2 ਸਾਲ ਬਾਬਾ ਜੀ ਨੇ ਲੰਗਰਾਂ ਦੀ ਸੇਵਾ ਕੀਤੀ, ਗੁਰਬਾਣੀ ਦੀ ਸੰਥਿਆ ਕੀਤੀ। ਗੁਰਬਾਣੀ ਦੀ ਸੰਥਿਆ ਕਰਨ ਤੋਂ ਉਪਰੰਤ ਮਹਾਂਪੁਰਖਾਂ ਦੇ ਜਥੇ ਵਿੱਚ ਆਏ। ਜਥੇ ਦਾ ਇੱਕ ਨਿਯਮ ਸੀ ਉਸ ਵੇਲੇ ਕਿ ਜਿਸ ਵੀ ਗੁਰਸਿੱਖ ਦੀ ਜੋ ਟਕਸਾਲ ਵਿੱਚ ਆ ਗਿਆ ਹੈ ਉਹਦੀ ਸੰਥਿਆ ਜੇ ਸੰਪੂਰਨ ਹੋਏਗੀ ਤਾਂ ਹੀ ਉਹਨੂੰ ਜਥੇ ਵਿੱਚ ਰੱਖਿਆ ਜਾਵੇਗਾ। ਅਤੇ ਜਥੇ ਤੋਂ ਭਾਵ ਇੱਥੇ ਇਹ ਸੀ ਕਿ 150-200 ਸਿੰਘ ਜੋ ਮਹਾਂਪੁਰਖਾਂ ਦੇ ਨਾਲ ਰਹਿੰਦੇ ਸਨ ਉਹ ਪਿੰਡਾਂ ਦੇ ਵਿੱਚ ਜਾ ਕੇ ਗੁਰਬਾਣੀ ਦਾ ਪ੍ਰਚਾਰ ਕਰਦੇ, ਗੁਰਸਿੱਖੀ ਦਾ ਪ੍ਰਚਾਰ ਕਰਦੇ। 1947 ਦੇ ਵਿੱਚ ਬਾਬਾ ਜੀ ਜਥੇ ਦੇ ਵਿੱਚ ਆ ਗਏ, ਫਿਰ ਲਗਾਤਾਰ ਮਹਾਂਪੁਰਖਾਂ ਦੇ ਨਾਲ ਰਹਿ ਕਰਕੇ ਉਹਨਾਂ ਨੇ ਸੇਵਾ ਕੀਤੀ। ਫਿਰ ਇੱਕ ਘਟਨਾ ਬਾਬਾ ਜੀ ਦੇ ਜੀਵਨ ਵਿੱਚ ਆਉਂਦੀ ਹੈ। ਸੇਵਾ ਕਰਦਿਆਂ ਕਰਦਿਆਂ ਇੱਕ ਦਿਨ ਮਨ ਵਿੱਚ ਖਿਆਲ ਆਇਆ ਕਿ ਜੋ ਮਨ ਵਿੱਚ ਸੋਚਿਆ ਸੀ, ਮਹਾਂਪੁਰਖਾਂ ਦੀ ਸੰਗਤ ਵੀ ਹੋ ਗਈ, ਸੇਵਾ ਵੀ ਹੋ ਗਈ, ਗੁਰਬਾਣੀ ਵੀ ਪੜ੍ਹੀ ਗਈ, ਹੁਣ ਪਿਤਾ ਜੀ ਦੇ ਨਾਲ ਜਾ ਕੇ ਘਰ ਦਾ ਕੰਮ ਕਰਾਇਆ ਜਾਏ। ਇਹ ਸੋਚ ਕੇ ਵਿਚਾਰਾਂ ਕਰਦਿਆਂ ਹੋਇਆਂ ਨੇੜੇ ਹੀ ਉੱਥੇ ਬਾਹਰ ਇੱਕ ਕਿੱਕਰ ਦੀ ਛਾਂ ਬੈਠੇ ਨੇ, ਜੋ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਜੀ ਨੇ ਪੁਸਤਕ ਲਿਖੀ ਚਿੱਟਾ ਚੋਲਾ। ਉਹਦੇ ਅਖੀਰ ਦੇ ਵਿੱਚ ਬਾਬਾ ਜੀ ਦੀ ਸੰਖੇਪ ਜੀਵਨੀ ਹੈ, ਉਹਦੇ ਵਿੱਚ ਇਹ ਵਚਨ ਹੈ, ਕਿੱਕਰ ਦੀ ਛਾਂ ਬੈਠਿਆਂ ਬਾਬਾ ਜੀ ਨੂੰ ਨੀਂਦ ਆ ਗਈ ਅਤੇ ਸੁਪਨੇ ਵਿੱਚ ਇੱਕ ਗੁਰਸਿੱਖ ਦੇ ਦਰਸ਼ਨ ਹੋਏ। ਗੁਰਸਿੱਖ ਕਹਿਣ ਲੱਗੇ ਕਿ ਤੂੰ ਮਨ ਵਿੱਚ ਕੀ ਵਿਉਂਤਾ ਬਣਾ ਰਿਹਾ ਹੈ, ਤੇਰੀ ਸੇਵਾ ਤਾਂ ਇਸ ਜਥੇ ਵਿੱਚ ਹੀ ਹੈ। ਅੱਖ ਖੁੱਲ੍ਹੀ, ਸੋਚਿਆ ਕਿ ਇਹ ਕੋਈ ਬਖਸ਼ਿਸ਼ ਹੈ, ਇਸ ਕਰਕੇ ਘਰ ਜਾਣ ਦਾ ਜਿਹੜਾ ਸਾਰਾ ਪਲੈਨ ਸੀ ਉਹ ਤਿਆਗ ਕੇ ਮਹਾਂਪੁਰਖਾਂ ਦੇ ਜਥੇ ਵਿੱਚ ਉਸੇ ਤਰ੍ਹਾਂ ਸੇਵਾ ਕਰਦੇ ਰਹੇ। ਫਿਰ ਇੱਕ ਹੋਰ ਘਟਨਾ ਵਾਪਰਦੀ ਹੈ, ਜਦੋਂ ਵੱਡੇ ਮਹਾਂਪੁਰਖਾਂ ਦਾ ਗੜਬਈ ਭਾਈ ਕਰਮ ਸਿੰਘ ਜੀ ਕਿਸੇ ਕਾਰਨ ਮਹਾਂਪੁਰਖਾਂ ਨਾਲ ਗੁੱਸੇ ਹੋ ਕੇ ਚਲੇ ਗਏ, ਤਾਂ ਉਸ ਤੋਂ ਬਾਅਦ ਗੜਬਈ ਸਿੰਘ ਦੀ ਨਜ਼ਦੀਕੀ ਸਿੰਘ ਦੀ ਚੋਣ ਕਰਨੀ ਸੀ। ਬਾਬਾ ਜੀ ਨੇ, ਸ਼੍ਰੀਮਾਨ ਸੰਤ ਬਾਬਾ ਗੁਰਬਚਨ ਸਿੰਘ ਨੇ ਸਾਰਾ ਜਥਾ ਇਕੱਠਾ ਕੀਤਾ ਹੋਇਆ ਸੀ, ਤਾਂ ਉਸ ਵੇਲੇ ਕੋਈ ਸਿੰਘ ਕਵੇ ਜੀ ਮੈਨੂੰ ਇਹ ਸੇਵਾ ਦਿਓ, ਮੈਨੂੰ ਸੇਵਾ ਦਿਓ, ਪਰ ਸਭ ਤੋਂ ਪਿੱਛੇ ਬੈਠੇ ਹੋਏ ਸਨ ਬਾਬਾ ਠਾਕੁਰ ਸਿੰਘ ਜੀ। ਉਹਨਾਂ ਨੂੰ ਬਾਬਾ ਜੀ ਨੇ ਆਪ ਆਵਾਜ਼ ਮਾਰੀ ਅਤੇ ਕਿਹਾ ਕਿ ਠਾਕੁਰ ਸਿੰਘ, ਇਹ ਸੇਵਾ ਤੂੰ ਕਰ ਸਕਦਾ ਹੈ, ਤੂੰ ਇਹ ਸੇਵਾ ਨਿਭਾ। ਅਤੇ ਸਾਧ ਸੰਗਤ ਜੀ, ਉਸ ਤੋਂ ਬਾਅਦ ਲਗਭਗ 1969 ਤੱਕ 22 ਸਾਲ ਮਹਾਂਪੁਰਖਾਂ ਦੇ ਨਾਲ ਰਹਿ ਕਰਕੇ ਬਾਬਾ ਠਾਕੁਰ ਸਿੰਘ ਜੀ ਨੇ ਸੇਵਾ ਕੀਤੀ। ਐਸੀ ਸੇਵਾ ਮੈਨੂੰ ਗਿਆਨੀ ਜੀ ਨੇ ਬੜੇ ਬਚਨ ਦੱਸੇ ਜੋ ਸੰਗਤ ਵਿੱਚ ਆਪਾਂ ਨਹੀਂ ਵੀ ਕਰ ਸਕਦੇ। ਐਸੇ ਸ਼ਰਧਾ ਦੇ ਵਿੱਚ, ਪਿਆਰ ਦੇ ਵਿੱਚ ਆ ਕੇ ਬਾਬਾ ਠਾਕੁਰ ਸਿੰਘ ਜੀ ਵੱਡੇ ਮਹਾਂਪੁਰਖਾਂ ਦੀ ਸੇਵਾ ਕਰਦੇ ਸਨ, ਜਿਸ ਤੋਂ ਹੀ ਉਹਨਾਂ ਨੂੰ ਸਾਰੀਆਂ ਬਖਸ਼ਿਸ਼ਾਂ ਅੱਗੇ ਪ੍ਰਾਪਤ ਹੋਈਆਂ। ਬਾਬਾ ਠਾਕੁਰ ਸਿੰਘ, ਸੰਤ ਗਿਆਨੀ ਗੁਰਬਚਨ ਸਿੰਘ ਜੀ ਤੋਂ ਬਾਅਦ ਸੰਤ ਗਿਆਨੀ ਕਰਤਾਰ ਸਿੰਘ ਦੇ ਵੇਲੇ ਵੀ ਇਸੇ ਤਰ੍ਹਾਂ ਤਨ ਮਨ ਕਰਕੇ ਸੇਵਾ ਕਰਦੇ ਰਹੇ। ਕਰੀਬ 8 ਸਾਲ ਉਹਨਾਂ ਮਹਾਂਪੁਰਖਾਂ ਦੇ ਨਾਲ ਸੇਵਾ ਨਿਭਾਈ। ਅਤੇ ਉਸ ਦੇ ਵਿੱਚ ਇੱਕ ਬੜੀ ਸੋਹਣੀ ਘਟਨਾ ਮਿਲਦੀ ਹੈ। ਸੰਤ ਕਰਤਾਰ ਸਿੰਘ ਜੀ ਕਿਹਾ ਕਰਦੇ ਸਨ, ਸਿੰਘੋ ਤੁਸੀਂ ਮੇਰਾ ਬਚਨ ਬੇਸ਼ੱਕ ਮੋੜ ਦਿਓ, ਪਰ ਬਾਬਾ ਠਾਕੁਰ ਸਿੰਘ ਦਾ ਬਚਨ ਨਾ ਮੋੜਿਓ। ਕੁਝ ਘਟਨਾਵਾਂ ਵੀ ਐਸੀਆਂ ਆਉਂਦੀਆਂ ਨੇ ਕਿ ਜੇ ਕੋਈ ਸਿੰਘ ਆਪਣੀਆਂ ਮਨਾਈਆਂ ਕਰੇ, ਜਥੇ ਦੇ ਨਿਯਮਾਂ ਨੂੰ ਨਹੀਂ ਮੰਨਦਾ, ਤਾਂ ਸੰਤ ਕਰਤਾਰ ਸਿੰਘ ਜੀ 1-2 ਜਾਂ 3 ਮੌਕੇ ਦੇ ਕੇ ਸਿੰਘ ਨੂੰ ਜਥੇ ਵਿੱਚੋਂ ਕੱਢ ਦਿੰਦੇ।
ਪਰ ਜਦੋਂ ਉਹ ਸਿੰਘ ਬਾਬਾ ਠਾਕੁਰ ਸਿੰਘ ਦੀ ਸ਼ਰਨ ਵਿੱਚ ਆ ਜਾਂਦਾ ਤਾਂ ਬਾਬਾ ਠਾਕੁਰ ਸਿੰਘ ਜੀ ਉਸ ਸਿੰਘ ਨੂੰ ਦੁਬਾਰਾ ਫਿਰ ਜਥੇ ਵਿੱਚ ਰਖਾ ਲੈਂਦੇ। ਪਰ ਜੇਕਰ ਕਿਸੇ ਸਿੰਘ 'ਤੇ ਬਾਬਾ ਠਾਕੁਰ ਸਿੰਘ ਦੀ ਨਾਰਾਜ਼ਗੀ ਹੋ ਜਾਂਦੀ ਸੀ ਤਾਂ ਉਸ ਸਿੰਘ ਨੂੰ ਬਾਬਾ ਕਰਤਾਰ ਸਿੰਘ ਵੀ ਜਥੇ ਵਿੱਚ ਨਹੀਂ ਰੱਖ ਸਕਦੇ ਸਨ। ਸੋ ਇੰਨਾ ਸਤਿਕਾਰ ਸੰਤ ਬਾਬਾ ਠਾਕੁਰ ਸਿੰਘ ਦਾ ਸੰਤ ਕਰਤਾਰ ਸਿੰਘ ਜੀ ਕਰਿਆ ਕਰਦੇ ਸਨ। ਇਸ ਤੋਂ ਇਲਾਵਾ ਹੋਰ ਵੀ ਘਟਨਾਵਾਂ ਇਸ ਜੀਵਨ ਕਾਲ ਦੇ ਵਿੱਚ ਆਉਂਦੀਆਂ ਨੇ। ਇਸ ਤੋਂ ਅੱਗੇ ਸੰਤ ਬਾਬਾ ਜਰਨੈਲ ਸਿੰਘ ਦੇ ਨਾਲ ਸਮਾਂ ਆਇਆ, ਉਸ ਵੇਲੇ ਵੀ ਲਗਾਤਾਰ ਸੇਵਾਵਾਂ ਚੱਲਦੀਆਂ ਰਹੀਆਂ। ਇੱਕ ਘਟਨਾ ਆਉਂਦੀ ਹੈ ਸੰਤ ਗਿਆਨੀ ਜਰਨੈਲ ਸਿੰਘ ਜੀ ਵੇਲੇ, ਜਦੋਂ ਮੋਰਚਾ ਲੱਗਿਆ, ਪੱਕਾ ਮੋਰਚਾ ਲੱਗ ਚੁੱਕਿਆ ਸੀ ਅਤੇ ਸੰਤਾਂ ਦਾ ਅਕਸਰ ਜਿਹੜਾ ਸੀ ਉਹ ਰਹਿਣਾ ਉਹ ਸ਼੍ਰੀ ਅੰਮ੍ਰਿਤਸਰ ਦਰਬਾਰ ਸਾਹਿਬ ਹੋ ਗਿਆ ਅਤੇ ਬਾਬਾ ਠਾਕੁਰ ਸਿੰਘ ਜੀ ਮਿਲਣ ਵਾਸਤੇ ਆਇਆ ਕਰਦੇ ਸਨ। ਦੋ ਗੁਰਸਿੱਖ ਐਸੇ ਬੈਠੇ ਜਿਨ੍ਹਾਂ ਨੂੰ ਬਾਬਾ ਠਾਕੁਰ ਸਿੰਘ ਬਾਰੇ ਪਤਾ ਨਹੀਂ ਸੀ, ਕਿਉਂਕਿ ਜਦੋਂ ਬਾਬਾ ਠਾਕੁਰ ਸਿੰਘ ਆਉਂਦੇ ਸਨ ਤਾਂ ਸੰਤ ਗਿਆਨੀ ਜਰਨੈਲ ਸਿੰਘ ਜੀ ਅੱਗੋਂ ਹੋ ਕੇ ਜਾ ਕੇ ਬਾਬਾ ਜੀ ਨੂੰ ਲੈ ਕੇ ਆਉਂਦੇ, ਫਿਰ ਇਸੇ ਤਰ੍ਹਾਂ ਛੱਡ ਕੇ ਵੀ ਆਉਂਦੇ। ਤਾਂ ਉਹਨਾਂ ਗੁਰਸਿੱਖਾਂ ਨੇ ਪੁੱਛਿਆ, ਸੰਤ ਜੀ ਇਹ ਬਜ਼ੁਰਗ ਕੌਣ ਨੇ ਜਿਨ੍ਹਾਂ ਨੂੰ ਤੁਸੀਂ ਇੰਨਾ ਸਤਿਕਾਰ ਦੇ ਰਹੇ ਹੋ, ਅੱਗੋਂ ਹੋ ਕੇ ਲੈ ਕੇ ਆਏ, ਹੁਣ ਤੁਸੀਂ ਫਿਰ ਛੱਡ ਕੇ ਆਏ? ਤਾਂ ਸੰਗਤ ਜੀ ਉਸ ਵੇਲੇ ਜਿਹੜੇ ਬਚਨ ਸੀ ਸੰਤਾਂ ਦੇ ਉਹ ਕਹਿੰਦੇ ਕਿ ਇਹ ਧਰਤੀ 'ਤੇ ਤੁਰਦੇ ਫਿਰਦੇ ਰੱਬ ਦੀ ਸੂਰਤ ਹੈ। ਇੰਨਾ ਸਤਿਕਾਰ ਸ਼੍ਰੀਮਾਨ ਸੰਤ ਬਾਬਾ ਠਾਕੁਰ ਸਿੰਘ ਜੀ ਦਾ ਸੰਤ ਬਾਬਾ ਜਰਨੈਲ ਸਿੰਘ ਜੀ ਕਰਿਆ ਕਰਦੇ ਸਨ। ਸੋ ਬਾਬਾ ਜੀ ਦੀ ਸ਼ਖਸੀਅਤ ਨੂੰ ਪ੍ਰਭਾਵਿਤ ਜਾਂ ਜਿਹੜੀ ਸ਼ਖਸੀਅਤ ਹੈ ਬਾਬਾ ਜੀ ਦੀ, ਉਹਨੂੰ ਜਿਹੜੇ ਪ੍ਰਭਾਵਿਤ ਕਰਨ ਵਾਲੇ ਤੱਤ ਨੇ ਮੈਂ ਆਪਣੇ ਪੇਪਰ ਦੇ ਵਿੱਚ ਕੁਝ ਲਿਖੇ ਨੇ। ਸੇਵਾ ਦੇ ਪੁੰਜ, ਸਵਾਸ ਸਵਾਸ ਸਿਮਰਨ, ਨਿਮਰਤਾ, ਵੀਰ ਰਸ, ਅਤੇ ਸਭ ਤੋਂ ਖਾਸ ਗੱਲ ਇੱਕ ਜੋ ਸਿੰਘ ਅਕਸਰ ਮੈਂ ਸੁਣਦਾ ਸਿੰਘਾਂ ਤੋਂ, ਟਕਸਾਲ ਦੀ ਮਾਂ, ਬਾਣੀ ਦਾ ਸਤਿਕਾਰ, ਦੂਰ ਦੁਰਾਡੇ ਸੰਗਤ ਤੱਕ ਪਹੁੰਚ, ਇਹ ਬਾਬਾ ਜੀ ਦੀ ਸ਼ਖਸੀਅਤ ਨੂੰ ਜਿਹੜੇ ਦਰਸਾਉਂਦੇ ਹੋਏ ਤੱਤ ਨੇ। ਬਾਬਾ ਜੀ ਹੱਥੀਂ ਸੇਵਾ ਨੂੰ ਬਹੁਤ ਤਰਜੀਹ ਦਿੰਦੇ ਸਨ। ਬੜੇ ਗਿਆਨੀ ਸਿੰਘਾਂ ਨਾਲ ਵਾਰਤਾਲਾਪ ਹੋਈ, ਦੱਸਦੇ ਸਨ ਕਿ ਬਾਬਾ ਜੀ ਰਾਤ ਨੂੰ ਛੋਟੇ ਭਚੰਗੀਆਂ ਦੇ ਉੱਪਰ ਆਪ ਕੰਬਲ ਦਿੰਦੇ, ਉਹਨਾਂ ਦੀਆਂ ਦਸਤਾਰਾਂ ਸਜਾਉਂਦੇ, ਜਾਂ ਉਹਨਾਂ ਦੀ ਜੋ ਜਿੰਨੀ ਵੀ ਸੇਵਾ ਸੀ ਸਿੰਘਾਂ ਦੀ ਉਹ ਬਾਬਾ ਜੀ ਕਰਦੇ ਸਨ। ਸਵਾਸ ਸਵਾਸ ਸਿਮਰਨ ਬਾਰੇ ਜੇ ਆਪਾਂ ਵੇਖੀਏ, ਬਾਬਾ ਜੀ ਸਾਰਾ ਦਿਨ ਗੁਰਬਾਣੀ ਸੁਣਦੇ ਸਨ, ਸਾਰਾ ਦਿਨ। ਆਪਣੇ ਤੋਂ ਇੰਨਾ ਸਮਾਂ ਬਾਣੀ ਨਹੀਂ ਸੁਣੀ ਜਾਂਦੀ। ਉੱਚੇ ਜਿੱਥੇ ਬਾਬਾ ਜੀ ਬੈਠੇ ਹੁੰਦੇ ਸਨ, ਸਰਾਣੇ ਵਾਲੇ ਪਾਸੇ ਸਿੰਘ ਨੂੰ ਭਾਉਂਦੇ, ਜਪਜੀ ਸਾਹਿਬ, ਸੁਖਮਣੀ ਸਾਹਿਬ, ਚੌਪਈ ਸਾਹਿਬ ਦੇ ਲਗਾਤਾਰ ਜਾਪ ਬਾਬਾ ਜੀ ਪਾਸ ਹੁੰਦੇ ਰਹਿੰਦੇ ਸਨ। ਬਾਬਾ ਜੀ ਆਪ ਵੀ ਬਾਣੀ ਪੜ੍ਹਦੇ ਸਨ। ਸੋ ਇਸੇ ਤਰ੍ਹਾਂ ਨਿਮਰਤਾ ਦਾ ਇੱਕ ਬਚਨ ਬਾਬਾ ਜੀ ਦੇ ਜੀਵਨ ਦੇ ਨਾਲ ਹੈ। ਨਿਮਰਤਾ ਅਸਲ ਵਿੱਚ ਬਾਬਾ ਜੀ ਦੀ ਜ਼ਿੰਦਗੀ ਹੀ ਨਿਮਰਤਾ ਹੈ, ਸਾਰਾ ਉਹਨਾਂ ਦਾ ਜੀਵਨ ਹੀ ਨਿਮਰਤਾ ਨਾਲ ਭਰਪੂਰ ਹੈ। ਫਿਰ ਵੀ ਇੱਕ ਦੋ ਘਟਨਾਵਾਂ, ਜਿਸ ਤਰ੍ਹਾਂ ਜਥੇ ਵਿੱਚ ਕਿਸੇ ਸਿੰਘ ਨੂੰ ਜੇਕਰ ਬਾਬਾ ਜੀ ਝਿੜਕ ਵੀ ਦਿੰਦੇ ਸਨ, ਉਸ ਤੋਂ ਬਾਅਦ ਉਹ ਸਿੰਘ ਨੂੰ ਬੁਲਾ ਕੇ ਮੁਆਫ਼ੀ ਮੰਗਦੇ ਕਿ ਸਿੰਘੋ ਮੈਨੂੰ ਮਾਫ਼ ਕਰ ਦਿਓ, ਮੈਂ ਤੁਹਾਨੂੰ ਝਿੜਕਿਆ। ਤਾਂ ਬਾਬਾ ਜੀ ਦੇ ਕੋਲ ਖੜ੍ਹੇ ਹੋਏ ਗੜਵਈ ਸਿੰਘ ਜਾਂ ਹੋਰ ਜਿਹੜੇ ਸੇਵਾਦਾਰ ਸਨ, ਉਹਨਾਂ ਦੇ ਅੱਖਾਂ ਵਿੱਚੋਂ ਪਾਣੀ ਆ ਜਾਂਦਾ ਸੀ ਕਿ ਐਡੀ ਵੱਡੀ ਨਿਮਰਤਾ ਬਾਬਾ ਜੀ ਦੀ। ਇੱਕ ਘਟਨਾ ਹੋਰ, ਜਦੋਂ ਐਮਰਜੈਂਸੀ ਲੱਗੀ ਸੰਤ ਕਰਤਾਰ ਸਿੰਘ ਜੀ ਵੇਲੇ, ਉਸ ਵੇਲੇ ਬੀੜ ਬਾਬਾ ਬੁੱਢਾ ਸਾਹਿਬ ਵਿਖੇ ਇੱਕ ਵੱਡੇ ਸਮਾਗਮ ਦੇ ਵਿੱਚ ਸੰਤ ਗਿਆਨੀ ਕਰਤਾਰ ਸਿੰਘ ਜੀ ਨੇ ਇਹ ਐਲਾਨ ਕੀਤਾ ਕਿ ਸਰਕਾਰ ਚਾਹੇ ਮੈਨੂੰ ਫੜ ਲਵੇ, ਮੈਨੂੰ ਮਾਰ ਦੇਵੇ, ਮੈਂ ਤਿਆਰ ਹਾਂ, ਟਕਸਾਲ ਦਾ ਅਗਲਾ ਮੁਖੀ ਬਾਬਾ ਠਾਕੁਰ ਸਿੰਘ ਜੀ ਹੈ। ਬਹੁਤ ਗੁਰਮੁਖ ਜਿਹੜੇ ਪੁਰਾਣੇ ਨੇ ਉਹਨਾਂ ਨੇ ਰਿਕਾਰਡਿੰਗ ਸੁਣੀ ਵੀ ਹੋਏਗੀ, ਉਹਨਾਂ ਨੂੰ ਪਤਾ ਵੀ ਹੋਏਗਾ। ਬਾਵਜੂਦ ਇਸਦੇ ਬਾਬਾ ਠਾਕੁਰ ਸਿੰਘ ਜੀ ਨੇ ਅਗਲੇ ਮੁਖੀ ਦੀ ਚੋਣ ਸੰਤ ਗਿਆਨੀ ਜਰਨੈਲ ਸਿੰਘ ਦੇ ਰੂਪ ਵਿੱਚ ਕੀਤੀ। ਇਹ ਵੀ ਇੱਕ ਨਿਮਰਤਾ ਦੀ ਨਿਸ਼ਾਨੀ ਹੈ। ਜੇਕਰ ਆਪਾਂ ਵੀਰ ਰਸ ਦੀ ਗੱਲ ਕਰੀਏ
ਤੇ ਵੀਰ ਰਸ ਦੇ ਨਾਲ ਬਾਬਾ ਜੀ ਦੀ ਜੇਕਰ ਜੀਵਨ ਦੇਖੀਏ ਤਾਂ ਇਹ ਆਪਾਂ ਸੋਚ ਨਹੀਂ ਸਕਦੇ ਕਿ ਬਾਬਾ ਜੀ ਕਿਤੇ ਵੀਰ ਰਸ ਵਿੱਚ ਵੀ ਆਏ ਹੋਣਗੇ। ਇਹ ਘਟਨਾ ਆਉਂਦੀ ਜਦੋਂ ਰਾਜੀਵ ਗਾਂਧੀ ਦੇ ਸਲਾਹਕਾਰ ਨੁਮਾਇੰਦੇ ਮਹਿਤੇ ਆਉਂਦੇ ਨੇ ਬਾਬਾ ਜੀ ਨੂੰ ਮਿਲਣ ਵਾਸਤੇ, ਤਾਂ ਉਸ ਵੇਲੇ ਕੁਝ ਵਾਰਤਾਲਾਪ ਹੁੰਦੀ ਹੈ। ਉਹ ਨੁਮਾਇੰਦੇ ਆਉਂਦੇ ਨੇ, ਬਾਬਾ ਜੀ ਪੁੱਛਦੇ ਨੇ ਕਿ ਤੁਸੀਂ ਕੌਣ ਹੋ, ਕਿੱਥੋਂ ਆਏ ਹੋ। ਉਹ ਦੱਸਦੇ ਕਿ ਅਸੀਂ ਦਿੱਲੀ ਤੋਂ ਆਏ ਹਾਂ, ਅਸੀਂ ਸਾਨੂੰ ਰਾਜੀਵ ਗਾਂਧੀ ਨੇ ਭੇਜਿਆ। ਬਾਬਾ ਜੀ ਕਹਿੰਦੇ, ਆਉਣ ਲੱਗਿਆਂ ਤੁਹਾਨੂੰ ਕੋਈ ਤਕਲੀਫ ਹੋਈ? ਕਹਿੰਦੇ ਜੀ ਨਹੀਂ। ਬਾਬਾ ਜੀ ਕਹਿਣ ਲੱਗੇ, ਫਿਰ ਜੇ ਤੁਹਾਨੂੰ ਐਡੀ ਦੂਰੋਂ ਚੱਲ ਕੇ ਆਉਂਦਿਆਂ ਤਕਲੀਫ ਨਹੀਂ ਹੋਈ, ਅਸੀਂ ਇੱਥੋਂ 30 ਕਿਲੋਮੀਟਰ 'ਤੇ ਅੰਮ੍ਰਿਤਸਰ ਗਏ, ਸਾਨੂੰ ਆਉਂਦਿਆਂ ਜਾਂਦਿਆਂ ਨੂੰ 6 ਵਾਰ ਰੋਕਿਆ ਗਿਆ, ਸਾਡੀ ਗੱਡੀ ਦੀ ਤਲਾਸ਼ੀ ਲਈ ਗਈ, ਇਹ ਭੇਦਭਾਵ ਖਤਮ ਕਰੋ, ਫਿਰ ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਹੋ। ਕਿੱਡੀ ਵੱਡੀ ਹੈ ਵੀਰ ਰਸ ਵਾਲੀ ਗੱਲ ਸੀ। ਜਾਂ ਇੱਕ ਵਾਰ ਕੁਲਦੀਪ ਸਿੰਘ ਬੱਬਰ ਦੀ ਘਟਨਾ ਆਉਂਦੀ ਹੈ, ਜੋ ਕਿ ਖਾੜਕੂ ਲਹਿਰ ਵੇਲੇ ਬੜੇ ਸਰਗਰਮ ਯੋਧੇ ਸਨ। ਉਹ ਇੱਕ ਵਾਰ ਮਹਿਤੇ ਆ ਗਏ, ਸੰਘਰਸ਼ ਦਾ ਟਾਈਮ ਚੱਲ ਰਿਹਾ ਸੀ, ਸ਼ਾਇਦ 92-93 ਦੀ ਗੱਲ ਹੋਵੇਗੀ। ਮਹਿਤੇ ਆ ਗਏ, ਬਾਬਾ ਜੀ ਅਖੰਡ ਪਾਠ ਸਾਹਿਬ ਦੇ ਵਿੱਚ ਅਖੰਡ ਪਾਠ ਸਾਹਿਬ ਦੇ ਭੋਗ ਪੈ ਰਹੇ ਸਨ, ਸਾਰੇ ਮਹਿਤੇ ਨੂੰ ਘੇਰਾ ਪੈ ਗਿਆ। ਕੁਲਦੀਪ ਸਿੰਘ ਬੱਬਰ ਨੇ ਭੱਜਣ ਦੀ ਵੀ ਕੋਸ਼ਿਸ਼ ਕੀਤੀ, ਪਰ ਘੇਰਾ ਪਏ ਹੋਣ ਕਰਕੇ ਨਾ ਭੱਜ ਸਕੇ। ਸਰਦਾਰ ਜਸਵੀਰ ਸਿੰਘ ਰੋਡੇ, ਭਾਈ ਮੋਹਕਮ ਸਿੰਘ ਜੀ, ਇਹ ਅਧਿਕਾਰੀਆਂ ਨਾਲ ਗੱਲਬਾਤ ਕਰ ਰਹੇ ਸਨ। ਬਾਬਾ ਜੀ ਉੱਪਰ ਡਿਉੜੀ ਦੇ ਉੱਪਰ ਅਖੰਡ ਪਾਠ ਸਾਹਿਬ ਚੱਲ ਰਹੇ ਸਨ, ਉੱਥੇ ਬਾਬਾ ਜੀ ਚੌਰ ਸਾਹਿਬ ਕਰ ਰਹੇ ਸਨ। ਚਲੋ, ਭੋਗ ਤੋਂ ਬਾਅਦ ਬਾਬਾ ਜੀ ਥੱਲੇ ਆਏ, ਨੀਚੇ ਆਏ ਅਤੇ ਬੜੇ ਵੀਰ ਰਸ ਦੇ ਵਿੱਚ ਬਚਨ ਕੀਤੇ ਕਿ ਲੱਭ ਲਓ ਜੇ ਲੱਭਦਾ, ਲੱਭ ਲਓ ਜੇ ਲੱਭਦਾ। ਇੰਨਾ ਕਹਿ ਕੇ ਬਾਬਾ ਜੀ ਬਾਹਰ ਡੰਗਰਾਂ ਵਾਲੇ ਵਾੜੇ ਵਿੱਚ ਚਲੇ ਗਏ। ਕਿਸੇ ਵੀ ਅਧਿਕਾਰੀ ਦੀ ਹਿੰਮਤ ਨਹੀਂ ਪਈ ਕਿ ਉਹ 2 ਕਦਮ ਵੀ ਅੰਦਰ ਪੁੱਟ ਸਕਣ, ਉੱਥੋਂ ਹੀ ਵਾਪਸ ਚਲੇ ਗਏ। ਸੋ ਇਹ ਬਾਬਾ ਜੀ ਦੇ ਜੀਵਨ ਨਾਲ ਵੀਰ ਰਸ ਦੇ ਸੰਬੰਧਿਤ, ਇਸੇ ਤਰ੍ਹਾਂ ਬਾਣੀ ਦਾ ਸਤਿਕਾਰ ਅਤੇ ਦੂਰ ਦੁਰਾਡੇ ਸੰਗਤ ਤੱਕ ਪਹੁੰਚ ਵੀ ਬਾਬਾ ਜੀ ਬਹੁਤ ਸੰਗਤ ਨਾਲ ਕਰਦੇ ਸਨ। ਸੋ ਅਖੀਰ ਵਿੱਚ, ਕਿਉਂਕਿ ਸਮਾਂ ਬਹੁਤ ਜ਼ਰੂਰੀ ਹੈ, ਸਮੇਂ ਨੂੰ ਧਿਆਨ ਵਿੱਚ ਰੱਖਣਾ, ਬਾਬਾ ਜੀ ਦੇ ਯੋਗਦਾਨ ਦੀ ਗੱਲ ਕਰੀਏ ਅਤੇ ਬਾਬਾ ਜੀ ਦੇ ਜੀਵਨ ਦੇ ਵਿੱਚੋਂ, ਕਿਉਂਕਿ ਯੋਗਦਾਨ ਸਰਬੱਤ ਖਾਲਸਾ ਦਾ ਆਪਾਂ ਜ਼ਿਕਰ ਕਰਦੇ ਹਾਂ, ਇਹਦੇ ਵਿੱਚ ਮੈਂ 5 ਪੁਆਇੰਟ ਰੱਖੇ ਨੇ। ਸਰਬੱਤ ਖਾਲਸਾ ਦੀ ਮੁੜ ਸ਼ੁਰੂਆਤ, ਸ਼੍ਰੀ ਅਕਾਲ ਤਖਤ ਸਾਹਿਬ ਦੀ ਉਸਾਰੀ, ਗੁਰੂ ਘਰਾਂ ਦੀ ਸੇਵਾ, ਅਕਾਲ ਅਕੈਡਮੀ ਖੋਲ੍ਹਣੀ ਅਤੇ ਸ਼ਹੀਦ ਸਿੰਘਾਂ ਦੇ ਪਰਿਵਾਰ ਦੀ ਪਰਵਰਿਸ਼। ਸਭ ਤੋਂ ਪਹਿਲੇ ਨੰਬਰ 'ਤੇ ਸਰਬੱਤ ਖਾਲਸਾ। ਦਸੰਬਰ 1985 ਦੇ ਵਿੱਚ ਮਹਿਤਾ ਚੌਂਕ ਵਿਖੇ ਇੱਕ ਸ਼ਹੀਦੀ ਸਮਾਗਮ ਕੀਤਾ ਗਿਆ। 84 ਦੇ ਵਿੱਚ ਜਿਹੜੇ ਸਿੰਘ ਸ਼ਹੀਦ ਹੋਏ ਸਨ ਉਹਨਾਂ ਦੇ ਪਰਿਵਾਰ ਬੁਲਾਏ ਗਏ, ਉਹਨਾਂ ਨੂੰ ਸਨਮਾਨਿਆ ਗਿਆ। ਅਤੇ ਸਭ ਤੋਂ ਵੱਡੀ ਗੱਲ ਸਾਧ ਸੰਗਤ ਜੀ, ਉਸ ਵੇਲੇ ਹਰ ਪਰਿਵਾਰ ਨੂੰ, ਹਰ ਸ਼ਹੀਦ ਹੋਏ ਪਰਿਵਾਰ ਨੂੰ 5100 ਰੁਪਈਆ ਦੇ ਕੇ ਬਾਬਾ ਜੀ ਨੇ ਸਨਮਾਨਿਤ ਕੀਤਾ। ਇਸੇ ਸਮਾਗਮ ਦੇ ਵਿੱਚ ਸਰਬੱਤ ਖਾਲਸਾ ਉਲੀਕਿਆ ਗਿਆ ਅਤੇ ਦਮਦਮੇ ਟਕਸਾਲ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਉਸਾਰੀ ਦੀ ਜਿਹੜੀ ਜ਼ਿੰਮੇਵਾਰੀ ਉਹ ਸੌਂਪੀ ਗਈ। ਇੱਥੇ ਇੱਕ ਜ਼ਿਕਰਯੋਗ ਗੱਲ ਹੋਰ ਵੀ ਹੈ ਕਿ ਇਹ ਸਰਬੱਤ ਖਾਲਸਾ ਇਤਿਹਾਸ ਵਿੱਚ ਲਗਭਗ 180 ਸਾਲਾਂ ਬਾਅਦ ਹੋਇਆ। ਇਸ ਤੋਂ ਪਹਿਲਾਂ 1805 ਈਸਵੀ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਜਰਨੈਲਾਂ ਦੇ ਨਾਲ ਇੱਕ ਸਰਬੱਤ ਖਾਲਸਾ ਕੀਤਾ ਸੀ। ਉਸ ਤੋਂ ਬਾਅਦ ਇੰਨਾ ਲੰਬਾ ਸਮਾਂ ਜਿਹੜਾ ਆ ਉਹ ਸਰਬੱਤ ਖਾਲਸਾ ਨਹੀਂ ਹੋ ਸਕਿਆ, ਉਹ ਬਾਬਾ ਠਾਕੁਰ ਸਿੰਘ ਨੇ ਕੀਤਾ। 26 ਜਨਵਰੀ 1986 ਈਸਵੀ ਨੂੰ ਇਹ ਸਰਬੱਤ ਖਾਲਸਾ ਹੋਇਆ। ਅਕਾਲ ਤਖਤ ਸਾਹਿਬ ਦੀ ਉਸਾਰੀ ਆਰੰਭ ਹੋਈ। ਇਹਦੇ ਸੰਬੰਧ ਵਿੱਚ ਮੈਂ ਇੱਕ ਗੱਲ ਦੱਸਾਂ ਕਿ ਬਾਬਾ ਜੀ ਨੇ 1993 ਦੇ ਵਿੱਚ ਸ਼੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਨੂੰ ਅਤੇ ਬਾਬਾ ਧਰਮ ਸਿੰਘ ਜੀ ਨੂੰ
ਅਕਾਲ ਤਖ਼ਤ ਸਾਹਿਬ ਦੀ ਉਸਾਰੀ ਲਈ, ਕਾਰ ਭੇਟਾ ਲਈ, ਸੇਵਾ ਲਈ ਅਮੈਰੀਕਾ ਭੇਜਿਆ, USA ਭੇਜਿਆ, ਅਤੇ ਨਾਲ ਹੀ ਸੁਰਜੀਤ ਸਿੰਘ ਜੀ ਸੋਧੀ ਜੀ ਨੂੰ ਨੇੜੇ ਦੇ ਦੇਸ਼ ਦੁਬਈ ਆਦਿ ਵਿੱਚ ਭੇਜਿਆ। ਸੋ ਇਸ ਤੋਂ ਅੱਗੇ ਗੁਰੂ ਘਰਾਂ ਦੀ ਸੇਵਾ, ਬਾਬਾ ਜੀ ਨੇ 1978 ਦੇ ਸ਼ਹੀਦ ਹੋਏ 13 ਸਿੰਘ ਜਿਹੜੇ ਨਿਰੰਕਾਰੀ ਕਾਂਡ ਨਾਲ ਸੰਬੰਧਿਤ ਹਨ, ਉਹਨਾਂ ਦੀ ਯਾਦ ਵਿੱਚ 20 ਬਲਾਕ ਅੰਮ੍ਰਿਤਸਰ ਵਿਖੇ ਗੁਰਦੁਆਰਾ ਸਾਹਿਬ ਬਣਾਇਆ, ਅਨੰਦਪੁਰ ਸਾਹਿਬ ਗੁਰਦੁਆਰਾ ਸਾਹਿਬ ਬਣਾਇਆ, ਇਸੇ ਤਰ੍ਹਾਂ ਦੇਸ਼ਾਂ ਵਿਦੇਸ਼ਾਂ ਵਿੱਚ ਹੋਰ ਅਨੇਕਾਂ ਗੁਰਦੁਆਰਿਆਂ ਦੀ ਉਸਾਰੀ ਕਰਾਈ। ਵੱਡੇ ਮਹਾਂਪੁਰਖ ਸ਼੍ਰੀ ਮਾਨ ਸੰਤ ਬਾਬਾ ਗੁਰਬਚਨ ਸਿੰਘ ਦੀ ਯਾਦ ਵਿੱਚ ਇੱਕ ਅਕੈਡਮੀ ਖੋਲ੍ਹੀ ਗਈ, ਹਸਪਤਾਲ ਖੋਲ੍ਹਿਆ ਗਿਆ, ਅਤੇ ਸ਼ਹੀਦ ਸਿੰਘਾਂ ਦੀ ਪਰਵਰਿਸ਼ ਲਾਸਟ ਵਿੱਚ ਪੁਆਇੰਟ ਹੈ ਕਿ ਜਿਹੜੇ 84 ਵਿੱਚ ਜਾਂ ਉਸ ਤੋਂ ਬਾਅਦ ਸਿੰਘ ਸ਼ਹੀਦ ਹੋਏ ਉਹਨਾਂ ਦੀ ਪਰਿਵਾਰ ਦੀ ਪਰਵਰਿਸ਼, ਉਹਨਾਂ ਦੇ ਧੀਆਂ ਭੈਣਾਂ ਦੇ ਵਿਆਹ ਜਾਂ ਚੱਲ ਰਹੇ ਕੇਸਾਂ ਦੀ ਪੈਰਵਾਈ, ਇਹ ਬਾਬਾ ਠਾਕੁਰ ਸਿੰਘ ਦੁਆਰਾ ਕੀਤੀ ਗਈ। ਬਹੁਤ ਵੱਡਾ ਯੋਗਦਾਨ ਬਾਬਾ ਠਾਕੁਰ ਸਿੰਘ ਜੀ ਨੂੰ ਉਸ ਵੇਲੇ ਦਮਦਮੀ ਟਕਸਾਲ ਦੀ ਵਾਂਗਡੋਰ ਮਿਲੀ, ਜਦੋਂ ਸਮੁੱਚੀ ਕੌਮ ਦਮਦਮੀ ਟਕਸਾਲ ਬਹੁਤ ਹੀ ਭਿਆਨਕ ਦੌਰ ਵਿੱਚੋਂ ਲੰਘ ਰਹੇ ਸਨ, ਐਸੇ ਸਮੇਂ ਵਿੱਚ ਬਾਬਾ ਜੀ ਨੇ ਸਮੁੱਚੀ ਕੌਮ ਨੂੰ ਇੱਕ ਧੁਰੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਨਾਲ ਜੋੜ ਕਰਕੇ ਰੱਖਿਆ। ਸੋ ਬਾਬਾ ਜੀ ਦੀ ਜੀਵਨੀ ਨੂੰ ਵਾਰ ਵਾਰ ਨਮੋ ਹੈ। ਸੋ ਇਹ ਬਾਬਾ ਜੀ ਦੇ ਜੀਵਨ ਦੀਆਂ ਕੁਝ ਝਲਕੀਆਂ ਨੇ। ਮੇਰੀ ਇੱਕ ਕੋਸ਼ਿਸ਼ ਹੈ ਕਿ ਬਾਬਾ ਜੀ ਦੇ ਜੀਵਨ ਨੂੰ, ਕਿਉਂਕਿ ਇਹ ਪੇਪਰ ਰੂਪ ਵਿੱਚ ਬਹੁਤ ਹੀ ਸੰਖੇਪ ਜਿਹੜੀਆਂ ਵਿਚਾਰਾਂ ਕੀਤੀਆਂ ਗਈਆਂ, ਆਉਣ ਵਾਲੇ ਸਮੇਂ ਦੇ ਵਿੱਚ ਬਾਬਾ ਜੀ ਦੇ ਜੀਵਨ ਨੂੰ ਇੱਕ ਵਿਸਥਾਰ ਰੂਪ ਦੇ ਵਿੱਚ ਲਿਖ ਕੇ ਕਿਤਾਬ ਰੂਪ ਦੇ ਵਿੱਚ ਪੇਸ਼ ਕਰਨ ਦੀ ਦਾਸ ਦੀ ਨਿਮਾਣੀ ਜੀ ਕੋਸ਼ਿਸ਼ ਹੋਵੇਗੀ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।